मेरी जिंदगी दे विच मेरी माँ दा तां मैं देने नहीं दे सकदा ते मेरे फादर साहब उन्हां दे आशीर्वाद वाली तुरै फिरदा ते उन्हां करके तुरै फिरदा होर किसे तों कुछ लैणा ही नहीं क्योंकि थोड़ा जिहा थॉट अपना सीरियस हो गया मेरी अखां भर गईआं। ਕੁੜੀਆਂ ਨੂੰ ਲੈ ਕੇ ਕਈ ਲੋਕ ਕਹਿ ਦਿੰਦੇ ਆ ਹਾਂ ਉਹ ਇਸ ਜਗ੍ਹਾ ਤੇ ਕਮਜ਼ੋਰ ਹੁੰਦੀ ਆ ਜਾਂ ਐਦਾਂ ਕੁੜੀਆਂ ਨੂੰ ਕਦੇ ਲਾਈਕ ਘੱਟ ਨਾ ਸਮਝੋ ਕੁੜੀਆਂ ਬਹੁਤ ਉੱਪਰ ਨੇ। ਪਰਸਨਲੀ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿਉਂਕਿ ਬੇਸ਼ੱਕ ਉਹ ਅੱਜ ਹਰ ਖੇਤਰ ਦੇ ਵਿੱਚ ਕਾਮਯਾਬ ਹੋ ਗਈਆਂ ਤੁਸੀਂ ਮੰਨਦੇ ਹੋ ਉਹਨਾਂ ਲਈ ਚੈਲੰਜ ਹਮੇਸ਼ਾ ਜ਼ਿਆਦਾ ਸੀਗੇ ਔਰ ਜ਼ਿਆਦਾ ਹੁਣ ਵੀ ਹੈਗੇ। ਮੈਂ ਹਮੇਸ਼ਾ ਸੋਚਦਾ ਹਾਂ ਕਿ ਮੈਂ ਮਾਂ ਤੋਂ ਸ਼ੁਰੂ ਕਰਦਾ ਹਾਂ ਹਮੇਸ਼ਾ ਕਿ ਜਿਹਨੇ ਸਾਨੂੰ 9 ਮਹੀਨੇ ਪੇਟ 'ਚ ਰੱਖਿਆ ਅਤੇ ਸਾਨੂੰ ਦੁਨੀਆ ਦਿਖਾਈ ਹੈ ਨਾ ਅਤੇ ਉਹ ਤੋਂ ਵੱਡਾ ਕੋਈ ਹੈ ਨਹੀਂ ਸਕਦਾ ਕਿਉਂਕਿ ਮਾਂ ਇੱਕ ਕੁੜੀ ਸੀ ਉਹ ਮਾਂ ਬਣੀ ਅੱਗੇ ਉਹਨੇ ਦਾਦੀ ਬਣਨਾ ਕਿ ਨਾਨੀ ਬਣਨਾ ਬਸ ਜਿਹਨੇ ਸਮਝਣੀ ਹੈ ਗੱਲ ਉਹ ਆਪੇ ਸਮਝ ਜੂਗਾ ਕਿ ਕੁੜੀਆਂ ਕਦੇ ਵੀ ਘੱਟ ਨਹੀਂ। ਸੋ ਫਿਲਮ ਦੇਖੀ ਆ ਤੁਸੀਂ ਚਿੜੀਆਂ ਦਾ ਚੰਬਾ, ਕਹਾਣੀ ਦੇ ਵਿੱਚ ਬਹੁਤ ਸਾਰੇ ਕਿਰਦਾਰ ਹੈ, ਸਾਰੇ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਆ। ਇੱਕ ਕਹਾਣੀ ਨੂੰ ਕੁੜੀਆਂ ਦੇ ਦੁਆਰਾ ਬੇਸ਼ੱਕ ਦਰਸਾਇਆ ਗਿਆ ਹੈ, ਲੇਕਿਨ ਤੁਹਾਡਾ ਇਸ ਫਿਲਮ ਦੇ ਬਾਰੇ ਪਰਸਨਲੀ ਕੀ ਕਹਿਣਾ? ਐਕਚੁਲੀ ਇਹ ਫਿਲਮ ਦੇ ਵਿੱਚ ਨਾਰੀ ਸ਼ਕਤੀ ਦਿਖਾਈ ਗਈ ਹੈ ਕੁੜੀਆਂ ਨੂੰ ਕਦੇ ਲਾਈਕ ਘੱਟ ਨਾ ਸਮਝੋ, ਕੁੜੀਆਂ ਬਹੁਤ ਉੱਪਰ ਨੇ ਅਤੇ ਧੀਆਂ ਲਕਸ਼ਮੀ ਭੈਣਾਂ ਮਾਵਾਂ ਹੈ ਨਾ, ਅਤੇ ਬਸ ਮੈਂ ਗੁਜ਼ਾਰਿਸ਼ ਕਰੂੰਗਾ ਤੁਸੀਂ ਜਿੰਨੀਆਂ ਵੀ ਕੁੜੀਆਂ ਸੁਣਦੀਆਂ ਨੇ ਹੈ ਨਾ ਸਾਡੀਆਂ ਮਾਵਾਂ ਭੈਣਾਂ ਜਾਂ ਤੁਸੀਂ ਫੈ ਪਰਿਵਾਰ ਨਾਲ ਜ਼ਰੂਰ ਦੇਖਣ ਆਉਣੀ ਫਿਲਮ, ਤੁਹਾਨੂੰ ਬਹੁਤ ਵਧੀਆ ਲੱਗੂਗਾ। ਬਾਕੀ ਸਟਾਰ ਕਾਸਟ ਜਿਹੜੀ ਸਾਰੀ ਸਟਾਰ ਕਾਸਟਿੰਗ ਉਹ ਵੀ ਆਪਣੀ ਹੈ ਅਤੇ ਬਣਾਉਣ ਵਾਲੇ ਪਿਕਚਰ ਵੀ ਆਪਣੀ ਹੈ ਸਾਰੇ, ਅਤੇ ਵਧੀਆ ਕੰਸੈਪਟ ਆ, ਤੁਸੀਂ ਦੇਖਣ ਜ਼ਰੂਰ ਆ। ਅਸੀਂ ਜਦੋਂ ਵੀ ਅਕਸਰ ਗੱਲਬਾਤ ਕਰਦੇ ਹਾਂ ਨਾ ਤਾਂ ਕੁੜੀਆਂ ਨੂੰ ਲੈ ਕੇ ਕਈ ਲੋਕ ਕਹਿ ਦਿੰਦੇ ਆ ਹਾਂ ਉਹ ਇਸ ਜਗ੍ਹਾ 'ਤੇ ਕਮਜ਼ੋਰ ਹੁੰਦੀ ਆ ਜਾਂ ਇੱਦਾਂ, ਪਰਸਨਲੀ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿਉਂਕਿ ਬੇਸ਼ੱਕ ਉਹ ਅੱਜ ਹਰ ਖੇਤਰ ਦੇ ਵਿੱਚ ਕਾਮਯਾਬ ਹੋ ਗਈਆਂ, ਤੁਸੀਂ ਮੰਨਦੇ ਹੋ ਉਹਨਾਂ ਲਈ ਚੈਲੰਜ ਹਮੇਸ਼ਾ ਜ਼ਿਆਦਾ ਸੀਗੇ ਔਰ ਜ਼ਿਆਦਾ ਹੁਣ ਵੀ ਹੈਗੇ ਨੇ? ਕਦੇ ਵੀ ਘੱਟ ਨਾ ਸਮਝੋ ਕੁੜੀਆਂ ਨੂੰ, ਅਤੇ ਕਿਉਂਕਿ ਮੈਂ ਹਮੇਸ਼ਾ ਸੋਚਦਾ ਹਾਂ ਕਿ ਮੈਂ ਮਾਂ ਤੋਂ ਸ਼ੁਰੂ ਕਰਦਾ ਹਾਂ ਹਮੇਸ਼ਾ ਕਿ ਜਿਹਨੇ ਸਾਨੂੰ 9 ਮਹੀਨੇ ਪੇਟ 'ਚ ਰੱਖਿਆ ਅਤੇ ਸਾਨੂੰ ਦੁਨੀਆ ਦਿਖਾਈ ਹੈ ਨਾ, ਅਤੇ ਉਹ ਤੋਂ ਵੱਡਾ ਕੋਈ ਹੈ ਨਹੀਂ ਸਕਦਾ ਕਿਉਂਕਿ ਮਾਂ ਇੱਕ ਕੁੜੀ ਸੀ ਉਹ ਮਾਂ ਬਣੀ ਅੱਗੇ ਉਹਨੇ ਦਾਦੀ ਬਣਨਾ ਕਿ ਨਾਨੀ ਬਣਨਾ, ਬਸ ਜਿਹਨੇ ਸਮਝਣੀ ਹੈ ਗੱਲ ਉਹ ਆਪੇ ਸਮਝ ਜੂਗਾ ਕਿ ਕੁੜੀਆਂ ਕਦੇ ਵੀ ਘੱਟ ਨਹੀਂ ਸਕਦੀਆਂ। ਤੁਸੀਂ ਆਪਣੀ ਮਦਰ ਦਾ ਜ਼ਿਕਰ ਕਰਤਾ ਜੋ ਅਕਸਰ ਤੁਸੀਂ ਕਰਦੇ ਹੋ, ਲੇਕਿਨ ਮਦਰ ਔਰ ਸਿਸਟਰ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਉਹ ਅਜਿਹਾ ਰੋਲ ਹੈ ਜਿਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ? ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਮਾਂ ਦਾ ਤਾਂ ਮੈਂ ਦੇਣੇ ਨਹੀਂ ਦੇ ਸਕਦਾ, ਅਤੇ ਛੋਟੀ ਭੈਣ ਆ ਮੇਰੀ, ਅਸੀਂ ਦੋ ਭੈਣ ਭਰਾ, ਮੈਂ ਉਹਦਾ ਵੀ ਲਾਈਕ ਮੈਨੂੰ ਐਂ ਕੀ ਹਾਂ ਮੈਂ ਉਹਦਾ ਵੀ ਨਹੀਂ ਦੇਣਾ ਦੇ ਸਕਦਾ, ਅਤੇ ਬਸ ਮੈਂ ਬਹੁਤ ਲੱਕੀ ਹਾਂ ਮੈਨੂੰ ਇਹੋ ਜਿਹੀ ਮਾਂ ਅਤੇ ਮੇਰੀ ਭੈਣ, ਮੇਰੇ ਫਾਦਰ ਸਾਹਿਬ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਤੁਰਿਆ ਫਿਰਦਾ ਅਤੇ ਉਹਨਾਂ ਕਰਕੇ ਤੁਰਿਆ ਫਿਰਦਾ, ਹੋਰ ਕਿਸੇ ਤੋਂ ਕੁਛ ਲੈਣਾ ਹੀ ਨਹੀਂ। ਅਤੇ ਬਾਕੀ ਤੁਸੀਂ ਫਿਲਮ ਜ਼ਰੂਰ ਦੇਖਣ ਆਉਣੀ ਹੈ ਕਿਉਂਕਿ ਥੋੜ੍ਹਾ ਜਿਹਾ ਥੋਟ ਆਪਣਾ ਸੀਰੀਅਸ ਹੋ ਗਿਆ ਮੇਰੀ ਅੱਖਾਂ ਭਰ ਗਈਆਂ, ਅਤੇ ਤੁਸੀਂ ਫਿਲਮ ਜ਼ਰੂਰ ਦੇਖਣ ਆਉਣੀ ਸਾਡੇ, ਮੈਨੂੰ ਮਤਲਬ ਫਿਲਮ ਬਹੁਤ ਵਧੀਆ। ਤੁਹਾਡੇ ਨਾਲ ਮੁਲਾਕਾਤ ਹੋਵੇ ਔਰ ਹਸਲ ਸੌਂਗ ਦਾ ਜ਼ਿਕਰ ਨਾ ਹੋਵੇ ਨਹੀਂ ਹੋ ਸਕਦਾ। ਅਕਸਰ ਅਸੀਂ ਇੰਸਟਾਗ੍ਰਾਮ 'ਤੇ ਕੁਝ ਇਮੋਸ਼ਨਲ ਵੀਡੀਓਜ਼ ਦੇਖਦੇ ਹਾਂ ਜਿਨ੍ਹਾਂ 'ਤੇ ਤੁਹਾਡਾ ਉਹ ਗੀਤ ਉਹਨਾਂ ਨੂੰ ਮੋਟੀਵੇਟ ਕਰਦਾ ਹੈ, ਸੋ ਉਹ ਇੱਕ ਜੋ ਅਚੀਵਮੈਂਟ ਤੁਹਾਡੇ ਨਾਮ ਦੇ ਨਾਲ ਜੁੜੀ ਹੋਈ ਹੈ, ਸੋ ਇਹ ਬਰਕਰਾਰ ਰਹੂਗੀ ਤਾਂ ਹਸਲ ਸੌਂਗ ਦੀਆਂ ਦੋ ਲਾਈਨਾਂ ਹੋ। ਕੀ ਦਾ ਦਿਲ ਘਰੇ ਕੋਲੇ ਗੱਡੀ ਹੋਵੇ ਨਾ, ਹਾਏ ਕੀ ਦਾ ਦਿਲ ਘਰੇ ਸੌ 'ਤੇ ਛੱਡੀ ਹੋਵੇ ਨਾ, ਆਸ਼ਕੇ ਸੋਚਦਾ ਕਿ ਇਕੱਲਾ ਮਿਲੇ ਟਾਈਮ, ਹਾਏ ਕੁੜੀ ਨਾ ਕਬਾਬ 'ਚ ਕੋਈ ਹੱਡੀ ਹੋਵੇ ਨਾ, ਹਾਏ ਕੀ ਦਾ ਦਿਲ ਕਰੇ ਕੁੱਟੇ ਯਾਰਾਂ ਨਾ ਸਵਾਦ ਨਾ, ਲਾਈਫ ਸੀ ਸਕੂਲ ਦੀ ਕੋਈ ਫਿਕਰ ਸੀ ਯਾਦ ਨਾ, ਹਾਏ ਕੀ ਦਾ ਦਿਲ ਕਰੇ ਕਿ ਜਵਾਨੀ ਚਲੀ ਜਾਵੇ, ਕੀ ਦਾ ਦਿਲ ਕਰੇ ਤੋੜ ਤਾਰੇ ਨਾ ਲੈ ਆਵਾਂ ਮੈਂ, ਹਾਏ ਕੀ ਦਾ ਦਿਲ ਕਰਦਾ ਹੈ ਸੁੱਕੀ ਖਾਵਾਂ ਮੈਂ, ਹਾਏ ਕੀ ਦਾ ਦਿਲ ਕਰਦਾ ਹੈ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ। ਮੈਂ ਇੱਕ ਮਿੰਟ ਮਿਲਦਾ ਤੁਹਾਨੂੰ, ਅਤੇ ਸੋਰੀ ਭੁੱਲ ਗਿਆ ਕੁਛ ਵੀ ਆ ਗਿਆ। ਕੀ ਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ।